चलो जिस तरह तेरी मर्जी वो भी काम जरूरी है तेरा ठीक है फिर चंगा है सुबह लाजमी मिली है इंशाल्लाह लाजमी तू बह जा तू क्यों बहना जी मैं खलोते बैठे एक जी ओ अक्कू बह जा ओ बाजी ये माजा कोई मसला अपना लेके आया है पानी का क्या मसला है ये सुनो ना तुसी क्यों भी माजा दस के मसला ही कदी साहब शीदा मेरा हर बार पानी डक लेंदा जी जमीना का पानी ਜਦੋਂ ਮੈਂ ਪਾਣੀ ਲਾੜ ਲੈਣਾ ਮੇਰਾ ਪਾਣੀ ਡੱਕ ਲੈਂਦਾ ਇੱਦਾਂ ਕੋਈ ਮਸਲਾ ਹੱਲ ਕਰੋ ਚੋਈ ਸਾਹਿਬ ਬਾਪੂ ਏ ਠੀਕ ਹੈ ਸਰ ਮੈਂ ਨੇ ਜ਼ਰਾ ਸ਼ੀਦ ਨੂੰ ਬੁਲਾ ਕੇ ਲਿਆ ਠੀਕ ਹੈ ਜੀ ਸਾਹਿਬ ਹੁਣ ਆਇਆ ਚੋਈ ਸਾਹਿਬ ਹੈ ਨਾ ਯਾਦ ਕੀਤਾ ਜੀ ਖੈਰ ਹੀ ਹੈ हाँ भी माजा दस हूँ तू के मामला है छोई साहब तुसी साढ़े माई बाप हूँ साढ़ा फैसला थोड़े हाथ में है तुसी साढ़ा फैसला करना छोई साहब तू घबरा ना माजा इंशाल्लाह फैसला उसी ओ शिद्या तू के रोला बनाया यरा देखो मेरा नाम चौधरी सुल्तान है ते तुसी सारे पिंड वाले मेरी इज्जत कर दे ते मैं जेड़ा भी फैसला करना है वो इंसाफ तक करना है और गाज बाज के करना तको शिद्या पानी का हक पहला माजे का बनता है तो उस तो बाद तेरा तो आज तो बाद मैनू लांबा नहीं आना चाहिए के समझे ठीक है चोई साहब जिस तरह तुम फैसला किया है असं उ अमल करेंगे चोई साहब मैं तुहाड़े फैसले तो बड़ा खुश हूँ मैं इस गल से कोई इतराज नहीं जिस तरह तुम फैसला किया उस तरह सानू मंजूर है चलो ये उठो दोए जफ्फी पाओ मेरे सामने ओ अब्बा जी ओ मुश्किल में कोई चेक करना सी दौड़ नेड़े आ रही है वो बिल्कुल चेक कर सही है ना नाले तेरे ने मेनू क्या दा फिक्र है तू देखया कर ना शामी जड़ा ले जा कर जरा दौड़ाया कर तेन आखिया मैं तेन दस कल सोच समझ कर औलाद जवान हो जाए ना तो घर सोच में करी जाएगी। हाँ यार अब भाई मर
ਵੀ ਚੋਰੀ ਜਾਏਗੀ ਕੀ ਫਰਕ ਪੈ ਜਾਂਦਾ ਹੈ ਕੀ ਹੋ ਗਿਆ ਤੈਨੂੰ ਮੱਝ ਚੋ ਮੱਝ ਚੋ ਛੋੜ ਲਗਾ ਹੀ ਕੀ ਹੋ ਗਿਆ ਤੈਨੂੰ ਯਾਰ ਤੈਨੂੰ ਕੌਣ ਵਿਆਹ ਦੇ ਸੀ ਐਨੀ ਨਾਲ ਕੁਮਾਰਾਂ ਦੀ ਖੋਤੀ ਉਹਨਾਂ ਨੇ ਕਹਾ ਕਛੋ ਠੀਕ ਹੈ ਫਿਰ ਹੋ ਗਿਆ ਵਿਆਹ ਦੇਸੀ ਆ ਕੌਣ ਦੇਸੀ ਆ ਛੇਤੀ ਆ ਅੱਗੇ ਚਿਰ ਹੋਏ ਛੇਤੀ ਮੁੜੀ ਛੇਤੀ ਮੁੜਾ ਸੁਣ ਗਿਆ
पूरा किलो ही दूध लेना घर मेहमान आए ने मेहमाना जी मेरी जिम्मेदारी नहीं है बल्ले बल्ले बकवास बंद कर कोई मौका वोका देख लिया कर जी चाहे साहब असि इस टाइम तक किसे और मूड च हां पुआर वाले क्यों मनु तंग करदा रहना ओए सोने असा तानू के तंग करना असा ते तुसानू जदू दा तकया ना राती नींद आंदी है ना दिने चैन हुंदा हर वेले तुहाडा ही ख्याल आंदा बकवास बंद कर ते मेरा राह छोड़ ਐਂਦਾ ਮੇਰਾ ਰਾਹ ਨਾ ਰੋਕੀ ਉਹ ਸਦਕੇ ਜਾਵਾਂ ਓਏ ਅੱਕੂ ਕੀ ਚਾ ਸਾਹਿਬ ਓ ਚੱਲੋ ਚਲੀਏ
ਕਿਹੜਾ ਲਾਂਗਾ ਆਪਣੇ ਘਰ ਆ ਜਾ ਵਾਲੇਕੁਮ ਸਲਾਮ ਪੁੱਤਰ ਬੋ ਖੈਰੀਅਤ ਦੱਸਣਾ ਕਿੱਧਰ ਆਇਆ ਚੋਰੀ ਸਾਹਿਬ ਮੈਂ ਤੁਹਾਡੇ ਨਾਲ ਇੱਕ ਗੱਲ ਕਰਨ ਆਇਆ ਗੱਲ ਕਰ ਪੁੱਤਰ ਜਮ ਜਮ ਗੱਲ ਕਰ ਕੀ ਗੱਲ ਕਰਨ ਲੱਗਿਆ ਪੁੱਤਰ ਇਹ ਹੋ ਤਾਂ ਨਹੀਂ ਸਕਦਾ ਬਹਰਲ ਚੱਲ ਮੈਂ ਪੁੱਛ ਲੈਣਾ ਉਹਦੇ ਕੋਲ ਅੱਛਾ ਚੌਧਰੀ ਜੀ ਹੁਣ ਮੈਂ ਜਾਸਾਂ ਨਾ ਪੁੱਤਰ ਕਿੱਥੇ ਜਾਣਾ ਈ ਬਹਿ ਕੋਈ ਲੱਸੀ ਸੱਸੀ ਪੀ ਕੇ ਜਾਵੀ ਜੀ ਬਸ ਇਹੀ ਮੈਂ ਗੱਲ ਕਰਨ ਆਇਆ ਸਾਂ ਤੁਸਾਂ ਨਾਲ ਪਰ ਤੁਸੀਂ ਆਪਣੇ ਲਾਡਲੇ ਪੁੱਤਰ ਨੂੰ ਜ਼ਰਾ ਸਮਝਾਵੇ ਤੂੰ ਘਬਰਾ ਨਾ ਪੁੱਤਰ ਤੂੰ ਵੀ ਆਪਣਾ ਪੁੱਤਰ ਹੈ ਤੇ ਰਹੀ ਗੱਲ ਸਜਾਵਲ ਦੀ ਉਹਨੂੰ ਮੈਂ ਸਮਝਾ ਦਿਆਂਗਾ ਤੈਨੂੰ ਇਹਦਾ ਸ਼ਿਕਾਇਤ ਦਾ ਮੌਕਾ ਨਹੀਂ ਮਿਲਣਗਾ ਜੀ ਚੋਈ ਸਾਹਿਬ ਤੂੰ ਜਾ ਜ਼ਰਾ ਡੇਰੇ ਤੋਂ ਸਜਾਵਲੇ ਨੂੰ ਬੁਲਾ ਕੇ ਲਿਆ ਠੀਕ ਹੈ ਚੋਈ ਸਾਹਿਬ ਮੈਂ ਹੁਣ ਹੀ ਨਿੱਕੇ ਚੋਈ ਸਾਹਿਬ ਨੂੰ ਬੁਲਾ ਕੇ ਲਿਆ ਪਿਛਲੇ ਦਿਨਾਂ ਚ ਸੋਨੀਆ ਨਾਲ ਬਦਤਮੀਜ਼ੀ ਕੀਤੀ ਹੈ ਐਸਾ ਵੀ ਕੋਈ ਗੱਲ ਨਹੀਂ ਅੱਬਾ ਜੀ ਨਹੀਂ ਪੁੱਤਰ ਗੱਲ ਤੇ ਹੋਣੀ ਹੈ ਤਾਂ ਹੀ ਉਹ ਮੇਰੇ ਕੋਲ ਆਇਆ ਤੇ ਦੇਖ ਪੁੱਤਰ ਚਿੱਕੜ ਚ ਪੱਥਰ ਮਾਰੀਏ ਤੇ ਛੇਟਾਂ ਆਪਣੇ ਤੇ ਪੈਣੀਆਂ ਜੀ ਸਾਨੂੰ ਇਹ ਚੀਜ਼ਾਂ ਜ਼ੇਬ ਨਹੀਂ ਦੇਣੀਆਂ ਇਸ ਵਾਸਤੇ ਮੈਨੂੰ ਇਹਦਾ ਬਾਅਦ ਸ਼ਿਕਾਇਤ ਨਹੀਂ ਮਿਲਣੀ ਚਾਹੀਦੀ ਇਹਦਾ ਤੁਹਾਨੂੰ ਸ਼ਿਕਾਇਤ ਦਾ ਮੌਕਾ ਨਹੀਂ ਮਿਲਣਾ ਬਾਬਾ ਜੀ ਠੀਕ ਹੈ ਇਹ ਤੁਹਾਡੇ ਨਾਲ ਮੇਰਾ ਵਾਅਦਾ ਹੈ ਅੱਛਾ ਤਾਂ ਫਿਰ ਉਹ ਘੋੜਿਆਂ ਦਾ ਵੀ ਧਿਆਨ ਕੀਤੇ ਪਤਾ ਤਾਂ ਹੈ ਨਾ ਪਰਸੋਂ ਰੇਸ ਹੈ ਫਿਰ ਜੀ ਹਾਂ ਜੀ ਹਾਂ ਬਿਲਕੁਲ ਬਾਬਾ ਜੀ ਪਤਾ ਮੈਂ ਹੁਣੇ ਜਾਣਾ ਅੱਕੂ ਨਾਲ ਲੈ ਕੇ ਤੇ ਫਿਰ ਇੱਕ ਵਾਰ ਚੈੱਕ ਕਰ ਲਾਂ ਤੁਹਾਡੀ ਤਸੱਲੀ ਵਾਸਤੇ ਠੀਕ ਹੈ ਪੁੱਤਰ ਮੈਨੂੰ ਜਲਦ ਹੈ ਬਾਬਾ ਜੀ ਠੀਕ ਹੈ ਠੀਕ ਕਿੱਥੇ ਮਾਰ ਗਿਆ ਅੱਕੂ ਜੀ ਚੋਈ ਸਾਹਿਬ ਉਹ ਕਿੱਥੇ ਮਾਰ ਜਾਣੇ ਲਾਂਤੀਆ ਚੋਈ ਸਾਹਿਬ ਮੈਂ ਅੰਦਰ ਕਮਰੇ 'ਚ ਸਫਾਈ ਕਰ ਰਿਹਾ ਸੀ ਕਮਰੇ ਉਹ ਯਾਰ ਗੱਲ ਤੇ ਦੱਸ ਤੂੰ ਕਿਧਰੇ ਅੱਬਾ ਜੀ ਦੀਆਂ ਮੇਰੀਆਂ ਗੱਲਾਂ ਦੇ ਨਾ ਚੁੱਪ ਚੁੱਪ ਕੇ ਸੁਣਦਾ ਰਹਿਣਾ ਨਹੀਂ ਚੋਈ ਸਾਹਿਬ ਮੇਰੀ ਕੇ ਮਜ਼ਾਕ ਤੁਹਾਡੀਆਂ ਗੱਲਾਂ ਸੁਣਨਾ ਹੀ ਆ ਇਹ ਗੱਲ ਠੀਕ ਹੈ ਚੱਲ ਆ ਅੱਬਾ ਜੀ ਨੇ ਕਹਿ ਡੇਰੇ ਤੇ ਜਾਣਾ ਚੱਲ ਚਲੋ ਚੋਈ ਸਾਹਿਬ ਜਿਹੜਾ ਤੁਸੀਂ ਰਾਈਟਿੰਗ ਕਰਸੋ ਨਾ ਓਏ ਪਾਗਲ ਦਿਆ ਪੁੱਤਰਾ ਤੈਨੂੰ ਕਿੰਨੀ ਵਾਰੀ ਸਮਝਾਇਆ ਰਾਈਟਿੰਗ ਨਹੀਂ ਰਾਈਡਿੰਗ ਹੁੰਦਾ ਓ ਚੋਈ ਸਾਹਿਬ ਓਈ ਨਾ ਓਈ ਨਾ ਓਏ ਤੈਨੂੰ ਇੰਗਲਿਸ਼ ਬੋਲਣੀ ਨਹੀਂ ਆਉਂਦੀ ਤਾਂ ਕਿਉਂ ਬੋਲਣਾ ਚੋਈ ਸਾਹਿਬ ਜਿਸ ਤਰ੍ਹਾਂ ਤੁਹਾਡੇ ਕੋਲ ਸੋਨੀਆ ਬੱਲੇ ਬੱਲੇ ਓ ਇਸੇ ਤਰ੍ਹਾਂ ਮੇਰੇ ਕੋਲ ਇੰਗਲਿਸ਼ ਵੀ ਬੱਲੇ ਬੱਲੇ ਚੱਲ ਬਕਵਾਸ ਬੰਦ ਕਰ ਇਧਰ ਆ ਚਲੋ
ਸ਼ਾਜ਼ੀਆ ਉੱਥੇ ਹੀ ਮੈਨੂੰ ਮਿਲੇ ਜਿੱਥੇ ਪਹਿਲਾਂ ਮਿਲਦੇ ਸਨ। ਵਾਦਾ, ਪਰ ਮੈਂ ਆਉਣਾ ਕੋਈ ਨਹੀਂ। ਸ਼ਾਜ਼ੀਆ, ਮੈਨੂੰ ਯਕੀਨ ਹੈ ਤੂੰ ਜ਼ਰੂਰ ਆਪਸੇ। ਅੱਛਾ ਸ਼ਾਜ਼ੀਆ, ਹੁਣ ਮੈਂ ਚੱਲਣਾ। ਪੈਟਰੋਲ ਪੰਪ ਕਿਹੜੇ? ਉਹ ਪਾਗਲਾ, ਲਾਹੌਰ ਵਾਲੇ, ਪਿੰਡੀ ਵਾਲੇ, ਪਿਸ਼ਾਵਰ ਵਾਲੇ। ਉਹ ਚੋਈ ਸਾਹਿਬ, ਅੱਬਾ ਜੀ ਦਾ ਸੁਣਾਓ। ਉਹ ਕਿਹੜੇ? ਲਾਹੌਰ ਵਾਲੇ। ਉਹ ਲਾਂਤੀ, ਤੈਨੂੰ ਕਿੰਨੀ ਵਾਰੀ ਕਿਹਾ ਮਾਹੌਲ ਨਾ ਕਰਿਆ ਕਰ। ਉਹ ਚਾਈ ਸਾਹਿਬ, ਤੁਹਾਡੇ ਨਾਲ ਪਿਆਰ ਜੇ ਹੋਇਆ। ਉਹ ਚੱਲ ਅੱਬਾ ਜੀ, ਇੰਤਜ਼ਾਰ ਕਰਦੇ ਹੋਣੇ। ਚਲੋ ਚਾਈ ਸਾਹਿਬ। ਭੁੱਲਿਆ ਯਾਰ, ਅਨਵਰ ਹਾਲੇ ਕੋ ਨਹੀਂ ਆਇਆ। ਚੱਕ ਲੈਣਾ ਯਾਰ, ਡੈਮ ਵਾਲੇ ਕਿ ਉਸ ਸਮੇਂ ਜਿੱਦਾਂ ਸੀ ਕਿ ਤੁਸੀਂ ਇੱਥੇ ਪਹੁੰਚ ਜਾਵੇ ਤੇ ਬਹਿ ਕੇ ਗੱਲਾਂ ਕਰਾਂਗੇ ਤੇ ਮਜ਼ਾ ਲਵਾਂਗੇ। ਸਹੀ ਗੱਲ, ਅਸੀਂ ਜੇ ਪਹੁੰਚ ਗਏ ਉਹ ਹਾਲੇ ਤੱਕ ਨਹੀਂ ਪਹੁੰਚਿਆ। ਉਹੀ ਆ, ਇਹਦਾ ਕੀ ਕਰੀਏ ਯਾਰ? ਤੱਕ ਨਹੀਂ, ਹੁਣ 5 ਮਿੰਟ ਤੱਕ ਮਤਾ ਆ ਹੀ ਜਾਵੇ। ਬਸ ਆਵੇ ਨਾ, ਪੁੱਛਨੇ ਆ ਅਸੀਂ ਛੋਟੇ ਦੇ ਨਾਲ ਲਿਤਰਾਉ ਕਰਨੇ ਆ। ਸਹੀ ਹੈ, ਇਹ ਜਿਹੜਾ ਮੈਂ ਮੰਨਿਆ ਤੇ ਇਸਤੇਮਾਲ ਕਰਨਾ ਵਾ। ਆਹਾਂ, ਇਹ ਅਨਵਰੇ ਕੱਟੇ ਦੇ ਇਸਤੇਮਾਲ ਕਰਾਂ। ਸਹੀ ਹੈ, ਆ ਲੈਣ ਦੇ ਉਹਨੂੰ। ਬਸ ਹੁਣ ਤੱਕਨੇ ਆ, ਬਸ ਆ ਜਾਂਦਾ। ਤੂੰ ਬੱਚੀ ਆ ਨਾ, ਤੇਰੇ ਤੇ ਪੈਣੀ ਸ਼ੁਰੂ ਹੋ ਜਾਊ। ਯਾਰਾ ਮੈਨੂੰ ਨਹੀਂ ਪਤਾ ਲੱਗਦੀ ਭਾਈ, ਮੈਂ ਤੈਨੂੰ ਦੱਸ ਦੇਵਾਂ। ਹੈਂ, ਮੈਂ ਮਾਰਨਾ ਮੰਜੀ ਹੁਣਾ ਤੇ ਮਾਰ ਸੰਡੇ ਨੂੰ ਦੇਣਾ। ਚੰਗਾ ਨਾ ਲੈ ਕੇ ਮੈਨੂੰ ਸੰਡਾ ਬਣਾ ਜਿਹੜੀ। ਓਏ ਮੈਨੂੰ ਬਸ ਅੱਬਾ ਮੈਨੂੰ ਛੱਡ ਜਾ ਮੰਜੀ ਥੱਲੇ, ਮੈਂ ਜਾ ਕੇ ਥੱਲੇ ਕੱਟੇ ਵਰ ਥੱਲੇ ਬਣਨਾ। ਮੇਰਾ ਬੜਾ ਰੋਲਾ ਹੀ ਆ। ਤੂੰ ਸ਼ਹਿਰ ਦੇ ਰਹੀ ਆ, ਨਹੀਂ ਤੇ ਦਰਬਤੇ ਜਾਣੀ।
इतनी देर कर छी चंगी गल टाइम तू सी आपू दिता कि असि इतने पहुंच जाइए तू हूं इतने पहुंच रहे मेरी दुनिया उजड़ जानी ओए गल करके तू मेनू अफसोस ना कर दिता ओए बेवा औरते ओए बेवा ना आखी मेनू अला बेवा ना आना सिर्फ बे आना बे ठीक है खैर मैं तेन बचा सा मैं गल मेरा बाबू डाडा ही मेरा बाबू सख्ती आखिया मैं गल कर सा निकम्मा ना मजे पठे पाला ना चंगा ना तुझ चोना चाचा जी मैं समझाना पा वही गल कर आजाद समझा सा चल चल उतरी लिया चल कुकड़ बन कुकड़ बनना मैं दसा अच्छा
ਮਾਰਸਾ ਕਿਉਂ ਨਾ ਮਾਰਸੋ ਫਿਰ ਮੈਂ ਤੁਸਾਂ ਨੂੰ ਘਟਾ ਪੁੱਤਰ ਮਾਰਸੋ ਤੂੰ ਅੱਗੇ ਹੀ ਕਰ ਅੱਬਾ ਜੀ ਕੰਡੀ ਪਰ ਮਾਰੀ ਗਿਆ ਸਿਰੇ ਪਰ ਮਾਰੀ ਗਿਆ ਨਾ ਮੁੱਠ ਕਮਰੀਏ ਪਰ ਜ਼ਰੂਰ ਮਾਰ ਲੈਣੇ ਲੋਫਰ ਰੋਜ਼ਾਨਾ ਮਜਾ ਲੋਕਾਂ ਦੀਆਂ ਫਸਲਾਂ ਜਵਾੜ ਲਈ ਇਸਦੀ ਪਰਵਾਹ ਹੀ ਕੋਈ ਅੱਜ ਤਾਂ ਮੈਂ ਇਸਕੀ ਛੋੜਨਾ ਨਾ ਚਾਚਾ ਅਗਰ ਮੈਨੂੰ ਦੀ ਕਹਿੰਦੇ ਹੋ ਨਾ ਤੇ ਪੋਲੇ ਨੂੰ ਮਾਫ਼ ਕਰ ਦੇ ਚਾਚੀ ਆਖਿਆ ਤੇ ਮੈਂ ਇਸਕੀ ਛੋੜ ਦੇ ਵਰਨਾ ਅੱਜ ਮੈਂ ਕਦੇ ਵੀ ਨਹੀਂ ਸੁੱਤਾ ਚੱਲ ਪੋਲੇ ਆਊਟ ਆਊਟ ਤੇ ਚੱਲ ਲੱਗ ਜਾ ਚਾਚਾ ਜੀ ਤੁਸੀਂ ਡੇਰਾ ਦੱਸਣਾ ਅਸੀਂ ਮੈਂ ਤਾਂ ਪੋਲਾ ਦਾ ਸੋਨੀਆ ਮਜਾ ਕਰ ਰਿਹਾ ਹਾਲਾ ਮੈਂ ਚੱਲਿਆ ਡੇਰੇ ਤੇ ਡੇਢ ਘੰਟੇ ਤੂੰ ਕੱਲ ਪਕੜੇ ਨੇ ਡੇਢ ਘੰਟੇ ਤੂੰ ਕੱਲ ਪਕੜੇ ਨੇ ਚੱਲ ਭੋਲਿਆ ਅੱਗੇ ਚੱਲ ਅੱਗੇ ਤੂੰ ਮੇਰੇ ਤੁਸੀਂ ਵੀ ਕੇ ਚਾਹੀ ਸਾਹਿਬ ਕੀ ਗੱਲ ਹੈ ਉਹ ਤੁਸੀਂ ਸੋਨੀਆ ਕੇ ਤੱਕਿਆ ਜੋ ਸਾਹਿਬ ਤੁਹਾਨੂੰ ਕੋਈ ਕੁੜੀਆਂ ਦਾ ਘੱਟ ਹੈ ਓਏ ਪਾਗਲ ਦਿਆ ਪੁੱਤਰਾ ਓਏ ਤੇ ਮੇਰੇ ਦਿਲ ਕੋਲ ਪੁੱਛੇ ਤੇ ਤੈਨੂੰ ਪਤਾ ਲੱਗੇ ਸੋਨੀਆ ਕੇ ਬੁਲਾ ਤੂੰ ਰਿਹਾ ਨਾ ਖੋਤੇ ਦਾ ਖੋਤਾ ਹੀ ਛੋੜੋ ਚਾਹੀ ਸਾਹਿਬ ਚਾਹੀ ਸਾਹਿਬ ਮੈਂ ਕੋਈ ਲੱਤੀਆਂ ਜੋ ਸਾਹਿਬ ਸੋਨੀਆ ਲੈ ਬਈ ਅੱਖੂ ਅੱਜ ਤੇ ਮੌਜਾਂ ਹੀ ਹੋ ਗਈਆਂ ਨੀ ਆ ਜਾ ਮੇਰੇ ਪਿੱਛੇ ਓਏ ਅੱਜ ਤੈਨੂੰ ਮੇਰੇ ਕੋਲੋਂ ਕੌਣ ਬਚਾਏਗਾ ਇਹ ਗੱਲ ਚੰਗੀ ਨਹੀਂ ਚੋਈ ਸਾਹਿਬ ਇਸ ਤਰ੍ਹਾਂ ਨਾ ਕਰੋ ਓਏ ਮੇਰਾ ਨਾਂ ਚੌਧਰੀ ਸਜਾਵਲ ਹੈ ਇਸ ਤਰ੍ਹਾਂ ਚੰਗੀ ਗੱਲ ਨਹੀਂ ਹੈ ਚੋਈ ਸਾਹਿਬ ਓਏ ਹੁਣ ਪਤਾ ਲੱਗੇ ਚੌਧਰੀ ਸਜਾਵਲ ਕਿਸ ਬਲਾ ਦਾ ਨਾਂ ਹੈ ਚੱਲ ਓਏ ਅੱਕੂ ਜੀ ਚੋਈ ਸਾਹਿਬ
ਓਏ ਚੌਧਰੀ ਸੋਨੀਆ ਮੇਰੀ ਮੰਗ ਵੀ ਹੈ ਤੇ ਮੇਰਾ ਪਿਆਰ ਵੀ ਗੱਲ ਸੁਣੋ ਅਨਵਰਿਆ ਸੋਨੀਆ ਮੇਰੀ ਜ਼ਿੱਦ ਹੈ ਤੇ ਉਹ ਇੱਕ ਮੂੰਹ ਜ਼ੋਰ ਕੌੜੀ ਹੈ ਤੇ ਮੂੰਹ ਜ਼ੋਰ ਕੌੜੀਆਂ ਨੂੰ ਲਗਾਮ ਪਾਉਣ ਦਾ ਵੱਲ ਚੌਧਰੀ ਸਜਾਵਲ ਨੂੰ ਖੂਬ ਆਉਂਦਾ ਤੈਨੂੰ ਕਿੰਨੀ ਵਾਰੀ ਸਮਝਾਇਆ ਕਿ ਉਹਦਾ ਰਾਹ ਨਾ ਟਕਿਆ ਕਰੀ ਹੁਣ ਡਾਕਟਰ ਕੋਲ ਮੈਂ ਨੀ ਜਾਣਾ ਚੱਲ ਤੂੰ ਡੇਰੇ ਤੇ ਹਾਂ ਸ਼ੇਰ ਖਾਨ ਸੁਣਾ ਕੇ ਆਲੀ ਠੀਕ ਠਾਕ ਅੱਛਾ ਅੱਛਾ ਸਹੀ ਯਾਰ ਪਿੰਡ 'ਚ ਮੇਰੀ ਵੰਡੀ ਹੋ ਗਈ ਹੈ ਅਨਵਰ ਨਾਂ ਦਾ ਬੰਦਾ ਅਤੇ ਨਾਲ ਉਹਦੀ ਮਗੇਤਰ ਹੈ ਇਸ ਵਾਸਤੇ ਤੈਨੂੰ ਯਾਦ ਕੀਤਾ ਸੀ ਕਿ ਦੋਵਾਂ ਦਾ ਕੰਮ ਤਮਾਮ ਕਰਨਾ ਹੈ ਹਾਂ 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 ਓਏ ਮੈਨੂੰ ਤਾਂ ਤੇਰੇ ਕੋਲੋਂ ਇਹੋ ਉਮੀਦ ਸੀ ਵੇ ਕੁੱਕੜਾ ਦਮੀ ਦਿਆ ਵੇ ਕੁੱਕੜਾ ਦਮੀ ਦਿਆ ਕੁੱਕੜਾ ਦਮੀ ਦਿਆ ਕੁੱਕੜਾ ਦਮੀ ਦਿਆ ਦੇ ਲੋਕੀ ਚੋਰ ਬੈਠੀਆ ਨਿੱਕੂ ਪਿੱਛੋਂ ਲਗਾਇਆ ਦੂਜਾ ਸੁਣ ਦੇਖਾ ਜੋ ਚਿਹਰਾ ਤੇਰਾ ਮੌਸਮ ਵੀ ਪਿਆਰਾ ਲਗਾ ਕੰਨ ਮੈਂ ਝੁਮਕਾ ਤੇਰੇ ਹਮਕੋ ਸਿਤਾਰਾ ਲਗਾ ਕਿਹੜਾ ਦਮੀ ਦਿਆ ਚੰਗਾ ਪਲਾ ਮਾੜੇ ਫੇਸ ਉੱਪਰ ਗਾਣਾ ਗਾ ਰਹੇ ਹੋ ਤੁਸੀਂ ਹੋਰ ਭਾਈ ਠੀਕ ਠਾਕ ਤਨਵੀਰ ਮੈਂ ਤਾਂ ਠੀਕ ਹਾਂ ਤੂੰ ਸੁਣਾ ਅੱਜ ਕੱਲ੍ਹ ਕੰਮ ਸ਼ਮ ਕੈਸਾ ਜਾ ਅੱਲਾ ਦਾ ਸ਼ੁਕਰ ਹੈ ਬਾਹਰੋਂ ਕਦੋਂ ਆਏ ਹੋ ਵਾਪਸ ਬਸ ਯਾਰ ਕੋਈ ਜ਼ਾਤੀ ਜਿਹਾ ਕੰਮ ਸੀ ਤੇ ਮੈਂ ਕਿਹਾ ਮਹੀਨਾ ਇੱਕ ਰਹਿ ਆਵਾਂ ਖੈਰ ਸੀ ਨਾ ਬਸ ਖੈਰ ਹੈ ਕੋਈ ਜ਼ਾਤੀ ਕੰਮ ਸੀ ਨਾ ਅੱਛਾ ਉਸ ਵਜ੍ਹਾ ਨਾਲ ਮੈਂ ਆਇਆ ਸਹੀ ਤਨਵੀਰ ਯਾਰ ਮੈਂ ਤੇਰੇ ਨਾਲ ਇੱਕ ਬਹੁਤ ਜ਼ਰੂਰੀ ਗੱਲ ਕਰਨੀ ਹੈ ਤੂੰ ਯਾਰ ਇਸ ਗੱਲ ਦਾ ਬੁਰਾ ਨਾ ਮਨਾਈ ਅਤੇ ਯਾਰ ਉਹ ਗੱਲ ਇਸ ਤਰ੍ਹਾਂ ਕਿ ਮੈਂ ਯਾਰ ਸ਼ਾਜ਼ੀਆ ਦਾ ਰਿਸ਼ਤਾ ਨਾ ਇੰਗਲੈਂਡ ਮੇਰਾ ਬਹੁਤ ਅੱਛਾ ਇੱਕ ਦੋਸਤ ਹੈ ਬਹੁਤ ਅੱਛੀ ਫੈਮਿਲੀ ਹੈ ਮੈਂ ਉੱਥੇ ਗੱਲ ਪੱਕੀ ਕਰ ਰਹਾ ਹਾਂ ਅਤੇ ਯਾਰ ਤੂੰ ਫਿਕਰ ਨਾ ਕਰੀ ਮੈਂ ਤੇਰੇ ਵਾਸਤੇ ਬਹੁਤ ਅੱਛਾ ਇੱਕ ਰਿਸ਼ਤਾ ਢੂੰਡਿਆ ਅਤੇ ਇਨਸ਼ਾਅੱਲਾ ਮੈਂ ਤੇਰਾ ਰਿਸ਼ਤਾ ਉੱਥੇ ਕਰਾ ਦੇਸਾਂ ਤੂੰ ਇਸ ਚੀਜ਼ ਦਾ ਨਾ ਮਾਇੰਡ ਨਾ ਕਰੀ ਯਾਰ ਔਰ ਦਿਲ 'ਚ ਕੋਈ ਐਸੀ ਗੱਲ ਨਾ ਰੱਖੀ ਮੈਂ ਬੜਾ ਸ਼ਰਮਿੰਦਾ ਵਾਂ ਮਗਰ ਯਾਰ ਮੇਰੀ ਕੋਈ ਥੋੜ੍ਹੀ ਮਜਬੂਰੀ ਸੀ ਤੂੰ ਇਸ ਗੱਲ ਨੂੰ ਜ਼ਰਾ ਨਾ ਦਿਲ ਤਾਂ ਨਹੀਂ ਲੈਣਾ ਅੱਛਾ ਤਨਵੀਰ ਯਾਰ ਮੈਨੂੰ ਇੱਕ ਜ਼ਰੂਰੀ ਕੰਮ ਹੈ ਅੱਛਾ ਤਾਂ ਮੈਂ ਜਾਣਾ ਚਾਹ ਸਕਦਾ ਅੱਛਾ
ਗੱਲਾਂ ਨਹੀਂ ਮਿਲਣਾ। ਅਸਲਾਮ ਅਲੈਕੁਮ, ਕੀ ਹਾਲ ਹੈ ਅਨਵਰ? ਠੀਕ ਹੈ, ਮੈਂ ਸੁਣਿਆ ਸੀ ਵੈਸੇ ਆਏ ਨੇ ਕਿਲੇ ਹੜਤਾਲ ਤਿਰਨ ਟੁਰ, ਮੈਂ ਕਿਹਾ ਚਲੋ ਮੈਂ ਵੀ ਯਾਰ ਮੇਰੀ ਅੱਜ ਫਰਜ਼ਾਈ ਨੂੰ ਲੈ ਕੇ ਆ, ਹੁਣ ਮੈਂ ਚੱਲ ਫਿਰ ਟੁਰ ਲੱਗੇ। ਸਹੀ ਹੈ, ਹੋਰ ਸੁਣਾ। ਯਾਰ ਉਹ ਤੂੰ ਗਿਆ ਸੀ ਸ਼ਾਜ਼ੀਆ ਦਾ ਕੋਈ ਲੜਕੀ ਦਾ ਜ਼ਿਕਰ ਕੀਤਾ ਸੀ। ਆਹੋ ਯਾਰਾ, ਤੈਨੂੰ ਕੀ ਦੱਸਾਂ, ਬੜੇ ਅਫਸੋਸ ਦੀ ਗੱਲ ਹੈ। ਉਹਨਾਂ ਮੇਰੇ ਨਾਲ ਰਿਸ਼ਤਾ ਤਰੋੜ ਛੱਡਿਆ ਅਤੇ ਕਿਸੇ ਇੰਗਲੈਂਡ ਦੇ ਮੁੰਡੇ ਨਾਲ ਉਹਨਾਂ ਉਹਦੀ ਸ਼ਾਦੀ ਕਰ ਦਿੱਤੀ। ਯਾਰ ਇਹ ਤਾਂ ਬੜੀ ਅਫਸੋਸਨਾਕ ਖਬਰ ਸੁਣਾਈ। ਬਸ ਯਾਰਾ, ਤੈਨੂੰ ਰੋਕਿਆ ਸੀ ਨਾ ਮੈਂ, ਤੂੰ ਸਹੀ ਆਖਦਾ ਸੀ। ਮੈਂ ਤੈਨੂੰ ਕਿਹਾ ਸੀ ਕਿ ਪੈਸੇ ਵਾਲੇ ਲੋਕ ਗਰੀਬਾਂ ਨੂੰ ਨਹੀਂ ਪੁੱਛਦੇ। ਉਹਨਾਂ ਮੈਨੂੰ ਗਰੀਬ ਸਮਝ ਕੇ ਮੈਨੂੰ ਛੋੜ ਦਿੱਤਾ। ਬਹਿਰ ਚੱਲ ਯਾਰ, ਕੋਈ ਨਹੀਂ, ਖੈਰ ਹੈ। ਉਹ ਯਾਰਾ ਤੀਰੂ ਕਿੱਥੇ ਮੈਂ? ਉਹ ਯਾਰਾ ਅਨੂ ਤੇ ਸੋਨੀਆ ਕੀ ਕਿਸੇ ਗੋਲੀਆਂ ਮਾਰੀ ਛੋੜੀਆਂ। ਹਾਂ ਉਹ ਹਸਪਤਾਲ, ਮੈਂ ਵੀ ਹਸਪਤਾਲ, ਐਮਰਜੈਂਸੀ ਯਾਰਾ, ਫਟੋਫਟ ਪਹੁੰਚ। ਹਾਂ ਹਾਂ ਜਲਦੀ ਪਹੁੰਚੀ ਯਾਰਾ। ਚਿਤਨਾ ਗ੍ਰਾਮ ਵਿੱਚ ਮੇਰੀ ਮੰਗਣੀ ਹੋਈ ਹੈ, ਉੱਥੇ ਦੇ ਚੌਧਰੀ ਸੁਲਤਾਨ ਦਾ ਪੁੱਤਰ ਸਜਾਵਰ, ਉਹਨੇ ਅੱਜ ਸੁਬਹਾ ਮੇਰੀ ਮੰਗੇਤਰ ਔਰ ਮੇਰੇ ਕੋਲ ਫਾਇਰਿੰਗ ਕਰਾਈ ਹੈ, ਜਿਹਦੇ ਵਿੱਚ ਮੈਂ ਜ਼ਖਮੀ ਹੋ ਗਿਆ ਔਰ ਮੇਰੀ ਮੰਗੇਤਰ ਕਤਲ ਹੋ ਗਈ ਹੈ। ਲਿਹਾਜ਼ਾ ਮੇਰੀ ਦਰਖਾਸਤ ਇਹ ਹੈ ਕਿ ਤੁਸੀਂ ਉਹਨਾਂ ਦੇ ਖਿਲਾਫ਼ ਕੋਈ ਕਾਰਵਾਈ ਕਰੋ। ਦਰਖਾਸਤ
ਵਾਲੇਕੁਮ ਸਲਾਮ ਬਈ, ਸੁਣਾ ਕੀ ਹਾਲ ਹੈ ਤੇਰਾ? ਬਸ ਸਰ ਠੀਕ ਠਾਕ, ਅੱਲਾ ਦਾ ਸ਼ੁਕਰ ਹੈ। ਕੋਈ ਤੇਰੀ ਤਰੱਕੀ ਸ਼ਰੱਕੀ ਹੋਈ ਹੈ? ਕੋਈ ਨੀ, ਅਸਾਂ ਗਰੀਬਾਂ ਦੀ ਕੋਈ ਸਿਫਾਰਿਸ਼ ਨਹੀਂ ਹੈ, ਕਿਸ ਸਿਫਾਰਿਸ਼ ਕਰਨੀ ਹੈ? ਚੌਧਰੀ ਸਜਾਵਲ ਦੇ ਹੁੰਦੇ ਆ, ਤੈਨੂੰ ਕਿਸ ਗੱਲ ਦੀ ਫਿਕਰ ਹੈ? ਸੁਣਾ, ਖੈਰ ਨਾਲ ਆਇਆ ਨਾ? ਉਹ ਸਰ ਤੁਹਾਨੂੰ ਸਾਹਿਬ ਯਾਦ ਕੀਤਾ ਸੀ। ਖੈਰ ਦੀ ਗੱਲ ਹੈ ਨਾ, ਚੱਲ ਫਿਕਰ ਕਰਨ ਦੀ ਕੋਈ ਗੱਲ ਨਹੀਂ, ਮੈਂ ਸ਼ਾਮ ਨੂੰ ਜਾਂ ਸੁਬਾਹ ਚੱਕਰ ਜ਼ਰੂਰ ਲਾਵਾਂਗਾ। ਠੀਕ ਹੈ ਸਰ, ਮਿਹਰਬਾਨੀ। ਓਕੇ, ਚੱਲ ਫਿਰ, ਰੱਬ ਰਾਖਾ। ਰੱਬ ਰਾਖਾ। ਪੁੱਛ ਲੈਨੇ ਆ। ਮੈਨੂੰ ਤੇ ਤੂੰ ਹੀ ਉਮੀਦ ਸੀ।
ठीक है मालिक मीर साहब, मैं फिर उठ चलना। ठीक है मेहरबानी। आज आप कुए जी जैन साहब। मालूम कातला के खिलाफ एफआईआर दर्ज कर दो। चोई साहब नकली ये गला कर ये करी ना अलग साहब जाब ले दो बुलाओ जरा। तो सर क्यों नहीं क्यों नहीं जा तू चोरी से जा बना ना बुला। खुशी अब्बा जी आप पुत्र मैं चल से जा लिया कहा चली। ठीक है मलिक साहब। ठीक है सर साहब बहुत शुक्रिया। थोड़ा शुक्रिया। बोलिया आ गए तू सब कुदर में फिरने हो तू सब लोड़ लोड़ के मैं थक गया तू सर ये शक्ल तक के लग रहा है कि इस ग्रह के बीच कोई खैर खरीयत नहीं है।
ਜਿਹੜਾ ਕਿ ਖੈਰ ਖਰੀਏ ਤੁਹਾਡੀਆਂ ਭੋਲਿਆ ਚੌਧਰੀ ਤੇ ਚੌਧਰੀ ਦੇ ਪੁੱਤਰ ਨੇ ਬੜਾ ਜ਼ੁਲਮ ਕੀਤਾ। ਕੀ ਜ਼ੁਲਮ ਕੀਤਾ ਕੋਈ ਦੱਸੋ ਤੇ ਸਹੀ। ਉਹ ਯਾਰ ਤੂੰ ਹੀ ਦੱਸ ਕੀ ਹੋਇਆ ਨਲਕੀ। ਤੇ ਸੋਨੀਆ ਕਤਲ ਹੋ ਗਈ ਹੈ ਤੇ ਅਨਵਰ ਜਿਹੜਾ ਉਹ ਦਰ ਬਦਰ ਰੋਂਦਾ ਹੈ। ਸੋਨੀਆ ਕਤਲ ਹੋ ਗਈ ਹੈ? ਆਹੋ ਤੇ ਅਨਵਰ 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 ਕਿੱਥੇ ਹੋਣਾ ਇਸ ਵੇਲੇ? ਚੱਲ ਯਾਰ ਮੈਨੂੰ ਅਨਵਰ ਕੋਲ ਲੈ ਚਲੋ ਯਾਰ। ਚੱਲ ਯਾਰ ਤੈਨੂੰ ਅੱਗੇ ਵੀ ਕਿੰਨੀ ਵਾਰੀ ਸਮਝਾਇਆ ਤੂੰ ਮੇਰੀ ਕੱਲੀ ਕੱਲੀ ਜਾਗੀਰ ਹੈ ਤੇ ਮੇਰੇ ਖਿਆਲ ਚ ਪਿੰਡ ਦਾ ਕੋਈ ਐਸਾ ਬੰਦਾ ਨਹੀਂ ਰਿਹਾ ਜਿਹਨੂੰ ਤੂੰ ਤੰਗ ਨਹੀਂ ਕੀਤਾ। ਰੋਜ਼ ਤੇਰੇ ਲਾਂਬੇ ਆਮਦਨ। ਓ ਅੱਬਾ ਜੀ ਪਿੰਡ ਵਾਲੇ ਤੇ ਐਵੇਂ ਮੇਰੇ ਖਿਲਾਫ ਬੋਲਦੇ ਰਹਿੰਦੇ। ਤੱਕ ਪੁੱਤਰ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰ। ਇਹ ਗਰੀਬ ਲੋਕ ਜਿਹੜੇ ਨੇ ਤੰਗ ਨਾ ਕਰਿਆ ਕਰ। ਇਹਨਾਂ ਲੋਕਾਂ ਦੀਆਂ ਆਵਾਂ ਬਦੁਆਵਾਂ ਬੜੀਆਂ ਡਾਢੀਆਂ ਹੁੰਦੀਆਂ ਤੇ ਅੱਲਾਹ ਤਾਲਾ ਇਹਨਾਂ ਦੀਆਂ ਦੁਆਵਾਂ ਬੜੀ ਜਲਦੀ ਸੁਣਦਾ ਤੇ ਨਾਲੇ ਤੱਕੇ ਨਾ। ਤੈਨੂੰ ਮੈਂ ਦੁਨੀਆਂ ਦੇ ਕਾਨੂੰਨ ਕੋਲੋਂ ਤੇ ਬਚਾ ਲਿਆ। ਮਨਿਸਟਰਾਂ ਦੀਆਂ ਸਿਫਾਰਿਸ਼ਾਂ ਕਰਾ ਲਈਆਂ ਜਿਸ ਤਰ੍ਹਾਂ ਵੀ ਤੈਨੂੰ ਮੈਂ ਚੜਾ ਲਿਆ ਲੇਕਿਨ ਉਹਦੀ ਅਦਾਲਤ ਵਿੱਚ ਨਾ ਤੈਨੂੰ ਨਾ ਮੈਨੂੰ ਕੋਈ ਵੀ ਨਹੀਂ ਛੜਾ ਸਕਦਾ ਤੇ ਮੈਂ ਵੀ ਪਰ ਚੱਲਿਆ ਤੇਰੇ ਨਾਲ ਦਾ ਮੁਜਰਮ ਹੋ ਗਿਆ। ਉਹ ਅੱਬਾ ਜੀ ਪਿੰਡ ਵਾਲੇ ਤਾਂ ਮੇਰੇ ਐਵੇਂ ਖਿਲਾਫ ਹੋਏ। ਯਕੀਨ ਮੰਨੋ ਸੋਨੀਆ ਦੇ ਕਤਲ 'ਚ ਮੇਰਾ ਕੋਈ ਹੱਥ ਨਹੀਂ ਹੈ। ਪੁੱਤ ਸਜਾਵ ਲਿਆ ਮੇਰਾ ਨਾਂ ਚੌਧਰੀ ਸੁਲਤਾਨ ਹੈ ਤੇ ਮੈਂ ਸਭ ਜਾਣਦਾ। ਇੱਕ ਦੀਦਾ ਦਾ ਨਿਸ਼ਤਾ ਤੂੰ ਜੁਰਮ ਕੀਤਾ ਤੇ ਮੈਂ ਤੈਨੂੰ ਛੁਡਾ ਲਿਆ। ਮੈਂ ਵੀ ਤੇਰੇ ਨਾਲ ਦਾ ਬਰਾਬਰ ਦਾ ਸ਼ਰੀਕ ਹੋ ਗਿਆ। ਨਾਲੇ ਅੱਲਾਹ ਕੋਲੋਂ ਡਰ ਤੇ ਖੌਫ ਦਿਲ 'ਚ ਰੱਖਿਆ ਕਰ ਕਿਉਂਕਿ ਉਹਦੀ ਪਕੜ ਬਹੁਤ ਡਾਢੀ ਹੈ। ਬੁਰੇ ਕੰਮਾਂ ਦਾ ਅੰਜਾਮ ਬੁਰਾ ਹੁੰਦਾ। ਠੀਕ ਹੈ ਅੱਬਾ ਜੀ ਮੈਂ ਤਾਂ ਚੱਲਦਾ। ਸਜਾਵ ਲਿਆ ਇਹ ਕੀ ਪਿਆ ਕਰਨਾ? ਤੈਨੂੰ ਗੈਰਤ ਨਹੀਂ ਆਉਂਦੀ? ਚੁੱਪ ਕਰ ਓਏ ਬਕਵਾਸ ਬੰਦ ਕਰ ਤੇ ਇੱਥੋਂ ਨੀਵਾ ਨੀਵਾ ਹੋ ਕੇ ਨਿਕਲ ਜਾ। ਤੈਨੂੰ ਪਤਾ ਨਹੀਂ ਮੇਰਾ ਨਾਂ ਚੌਧਰੀ ਸਜਾਵਲ ਹੈ ਤੇ ਮੈਂ ਬੰਦੇ ਨੂੰਹ ਤੇ ਰੱਖ ਕੇ ਮਾਰ ਦੇਣਾ। ਓਏ ਅੱਕੂ ਜੀ ਚੋਈ ਸਾਹਿਬ ਲੱਗਦਾ ਇਹ ਪਹਿਲੀ ਮਾਰ ਭੁੱਲ ਗਿਆ, ਇਹਨੂੰ ਮਜ਼ਾ ਚਕਾਣਾ ਪੈਸੀ। ਓਏ ਪਹਿਲੀ ਮਾਰ ਯਾਦ ਆ ਮੈਨੂੰ, ਤਾਂ ਹੀ ਤੇ ਤੁਹਾਡੇ ਸਾਹਮਣੇ ਆਇਆ। ਓਏ
ਚੁੱਪ ਕਰ ਓਏ ਜ਼ਾਤ ਦੀ ਕੋਰ ਕਿੱਲੀ ਤੇ ਸ਼ੰਤੀਰਾਂ ਨੂੰ ਜਫੇ ਓਏ ਅੱਕੂ ਜੀ ਚੋਏ ਸਾਹਿਬ ਤੁਸੀਂ ਬਿਲਕੁਲ ਠੀਕ ਕਿਹਾ ਫੜ ਲੈ ਫਿਰ ਇਹਨੂੰ ਚੋਈ ਸਾਹਿਬ ਅੱਜ ਤਾਂ ਮਰਵਾ ਛੋੜੇ ਬੜੀ ਠਕੋਰ ਹੋਈ ਹੈ ਚੱਲ ਓਏ ਅੱਕੂ ਚੱਲ ਕੇ ਦੁੱਧ ਜਲੇਬੀਆਂ ਖਾ ਇੱਕ ਤਾਂ ਗਿਆ ਹੁਣ ਹੁਣ ਸਜਾਵ ਲਿਆ ਤੇਰੀ ਵਾਰੀ ਹੈ ਹੁਣ ਜੋੜ ਪੈ ਗਈ ਚੱਲ ਫਿਰ ਆ ਜਾ ਆਹ
ਜਾਨਵਰ ਤੇਰਾ ਮੁਜਰਮ ਤੇਰੇ ਕੋਲ ਆ ਗਿਆ ਇਹਨੂੰ ਅੱਲਾ ਨੇ ਕਾਫੀ ਸਜ਼ਾ ਦੇ ਦਿੱਤੀ ਹੈ ਪੁੱਤਰ ਤੂੰ ਵੀ ਇਹਨੂੰ ਹੁਣ ਮਾਫ਼ ਕਰ ਦੇ ਮਾਫ਼ ਕਰ ਦੇ ਪੁੱਤਰ ਮਾਫ਼ ਕਰ ਚੋਈ ਸਾਹਿਬ ਮੇਰੀ ਗੱਲ ਸੁਣੋ ਕੀ ਗੱਲ ਹੈ ਤਨਵੀਰ ਪੁੱਤਰ ਗੱਲ ਕਰ ਚੋਈ ਸਾਹਿਬ ਇਹ ਸਾਰੇ ਮੈਨੂੰ ਪਾਗਲ ਆਖਦੇ ਨੇ ਇਹ ਮੈਨੂੰ ਪੱਥਰ ਮਾਰਦੇ ਨੇ ਮੈਂ ਕੋਈ ਪਾਗਲ ਹਾਂ ਉਹ ਨਹੀਂ ਤੂੰ ਪਾਗਲ ਹੈ ਇਹ ਬੱਚੇ ਨੇ ਇਹ ਤਾਂ ਵੈਸੇ ਹੀ ਤੈਨੂੰ ਕਹਿੰਦੇ ਤੂੰ ਪਾਗਲ ਹੈ ਚੋਈ ਸਾਹਿਬ ਕੀ ਗੱਲ ਅੱਜ ਤਾਂ ਪੱਗ ਦਾ ਸ਼ਮਲਾ ਨੀਵਾਂ ਹੋਇਆ ਕਿੱਧਰ ਗਈਆਂ ਤੁਹਾਡੀਆਂ ਪਛਾਤਾਂ ਚੋਈ ਸਾਹਿਬ ਕਿੱਧਰ ਗਿਆ ਇਨਸਾਫ ਦੱਸੋ ਮੈਨੂੰ ਚੋਈ ਸਾਹਿਬ ਚੋਈ ਸਾਹਿਬ ਤੁਸੀਂ ਦੁਨੀਆਂ ਦੇ ਕਾਨੂੰਨ ਕੋਲੋਂ ਆਪਣੇ ਪੁੱਤਰ ਨੂੰ ਬਚਾ ਲਿਆ ਪਰ ਅੱਲਾ ਦੀ ਲਾਠੀ ਬੜੀ ਬੇਆਵਾਜ਼ ਹੈ ਚੋਈ ਸਾਹਿਬ ਇਸ ਲਾਠੀ ਦੀ ਮਾਰ ਕੋਲੋਂ ਕੋਈ ਨਹੀਂ ਬਚਾ ਸਕਦਾ ਚੋਈ ਸਾਹਿਬ ਕੋਈ ਨਹੀਂ ਬਚਾ ਸਕਦਾ ਕੋਈ ਨਹੀਂ ਬਚਾ ਸਕਦਾ ਚੋਈ ਸਾਹਿਬ ਚੌਧਰੀ ਸਾਹਿਬ ਸੋਨੀਆ ਦੀ ਮੌਤ ਤੇ ਅਨਵਰ ਦੀ ਜ਼ਿੰਦਗੀ ਤਬਾਹ ਕਰਨ ਦੇ ਜ਼ਿੰਮੇਦਾਰ ਤੁਸੀਂ ਹੋ ਚੋਈ ਸਾਹਿਬ ਤੁਸੀਂ ਹੋ ਚੋਈ ਸਾਹਿਬ ਚੌਧਰੀ ਸਾਹਿਬ ਅੱਲਾ ਦੀ ਨਜ਼ਰ ਵਿੱਚ ਤੁਸੀਂ ਮੁਜਰਮ ਹੋ ਚੋਈ ਸਾਹਿਬ ਮੁਜਰਮ ਹੋ ਅੱਲਾ ਦੀ ਨਜ਼ਰ ਵਿੱਚ ਚੋਈ ਸਾਹਿਬ ਬੁਰੇ ਕੰਮਾਂ ਦਾ ਅੰਜਾਮ ਬੁਰਾ ਹੁੰਦਾ ਹੈ ਚੌਧਰੀ ਸਾਹਿਬ ਬੁਰਾ ਹੁੰਦਾ ਹੈ ਅੰਜਾਮ ਬੁਰੇ ਕੰਮਾਂ ਦਾ ਅੰਜਾਮ ਬੁਰਾ ਹੁੰਦਾ ਹੈ ਚੋਈ ਸਾਹਿਬ ਤੂੰ ਠੀਕ ਆ ਨਾ ਪੁੱਤਰ ਬੁਰੇ ਕੰਮਾਂ ਦਾ ਅੰਜਾਮ ਬੁਰਾ ਹੀ ਹੁੰਦਾ ਹੈ ਮੈਨੂੰ ਵੀ ਮੇਰੇ ਕੀਤੇ ਦੀ ਸਜ਼ਾ ਮਿਲ ਗਈ ਹੈ ਤੇ ਮੇਰੇ ਪੁੱਤਰ ਨੂੰ ਵੀ ਸਜ਼ਾ ਮਿਲ ਗਈ ਹੈ ਠੀਕ ਹੈ ਪੁੱਤਰ ਅੱਲਾਹ ਤਾਲਾ ਤੁਹਾਨੂੰ ਸਬਰ ਦਿਆ